ਕਿਸਾਨ ਦੋਸਤੋ ਹੁਣ ਤੱਕ ਤੁਸੀਂ ਜਾਣਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 6 ਪੋ ਜਾਨੀ ਕਿ 20 ਦਸੰਬਰ ਦੀ ਅੱਧੀ ਰਾਤ ਨੂੰ ਕਿਲਾ ਛੱਡ ਦਿੱਤਾ 7 ਪੋ ਦੀ ਸਵੇਰੇ ਅੰਮ੍ਰਿਤ ਵੇਲੇ ਸੱਤ ਸਾ ਨਦੀ ਦੇ ਕੰਢੇ ਦੇ ਉੱਪਰ ਨਿਤਨੇਮ ਕਰਦੇ ਇਸ ਤੋਂ ਬਾਅਦ ਦੇ ਵਿੱਚ 7 ਪੋ ਨੂੰ ਜੋ ਠਾਠਾ ਮਾਰਦੀ ਸਰਸਾ ਨਦੀ ਹੈ ਜਿਹੜਾ ਪਾਣੀ ਪੂਰਾ ਉਫਾਨ ਤੇ ਹੈ ਉਸ ਨੂੰ ਪਾਰ ਕਰਤੇ ਹੈ ਪਾਰ ਕਰਨ ਉਪਰੰਤ ਗੁਰੂ ਕੇ ਮਹਿਲ ਮਾਤਾ ਜੀ ਅਲੱਗ ਵਿਛੜ ਜਾਂਦੇ ਹੈ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਅਲੱਗ ਹੋ ਜਾਂਦੇ ਹੈ ਗੁਰੂ ਗੋਬਿੰਦ ਸਿੰਘ ਜੀ ਕੋਜ ਸਿੰਘ ਤੇ ਵੱਡੇ ਸਹਿਬਜ਼ਾਦੇ ਅਲੱਗ ਹੋ ਜਾਂਦੇ ਹੈ ਤਾਂ ਸਾਥੀਓ ਇਸ ਤੋਂ ਅੱਗੇ ਦੀ ਕਹਾਣੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਰੋਪੜ ਵਿਖੇ ਨਿਹੰਗ ਖਾਂ ਦੇ ਘਰ ਪਹੁੰਚਦੇ ਆ ਤੇ ਨਿਹੰਗ ਖਾਂ ਦੇ ਘਰ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਜਿਹੜੇ ਕਿ ਜ਼ਖਮੀ ਹੋ ਚੁੱਕੇ ਸੀਗੇ ਤਾਂ ਗੁਰੂ ਜੀ ਨੇ ਉਹਨਾਂ ਦੀ ਦੇਖਭਾਲ ਕਰਨ ਨਾਲ ਤੇ ਨਿਹੰਗ ਖਾਂ ਦੀ ਜਿਹੜੀ ਡਿਊਟੀ ਲਗਾਈ ਹੈ ਤਾਂ ਉਹਨਾਂ ਨੂੰ ਸੰਭਾਲਣ ਲਈ ਕਿਹਾ ਤਾਂ ਇਹ ਇੱਕ ਅਲੱਗ ਕਹਾਣੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਹੀ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਨਿਹੰਗਾਂ ਦਾ ਪਰਿਵਾਰ ਸਿੱਖ ਧਰਮ ਨੂੰ ਪਿਆਰ ਕਰਦਾ ਗੁਰੂ ਜੀ ਦੀ ਆਗਿਆ ਦੇ ਉੱਪਰ ਕਿਸ ਤਰੀਕੇ ਨਾਲ ਜਿਹੜਾ ਫਲ ਚੜਾਉਂਦੇ ਆ ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਵੱਡੇ ਸਹਿਬਜ਼ਾਦਿਆਂ ਦੇ ਨਾਲ ਤੇ ਲਗਭਗ 40-42 ਸਿੱਖਾਂ ਦੇ ਨਾਲ ਜਿਹੜਾ ਚਮਕੌਰ ਪਹੁੰਚਦੇ ਆ ਇਹ ਸੱਤ ਪੌਧੀ ਸ਼ਾਮ ਨੂੰ ਚਮਕੌਰ ਪਹੁੰਚ ਜਾਂਦੇ ਆ ਤਾਂ ਚਮਕੌਰ ਪਹੁੰਚ ਕੇ ਗੁਰੂ ਜੀ ਨੂੰ ਪਤਾ ਹੈ ਕਿ ਪਿਛਲੇ ਪਾਸੇ ਮੋਗਲਾਂ ਦੀ ਫੌਜ ਤੇ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਹੈ ਇਕੱਠੀ ਹੋ ਕੇ ਆ ਰਹੀ ਹੈ ਤੇ ਹੁਣ ਸਾਡੀ ਲੜਾਈ ਹੋਣੀ ਹੀ ਹੋਣੀ ਹੈ ਤਾਂ ਗੁਰੂ ਜੀ ਕੋਈ ਉੱਚੀ ਜਗ੍ਹਾ ਲੱਭਦੇ ਐ ਤਾਂ ਕਿ ਕਿਹੋ ਜੀ ਜਗ੍ਹਾ ਲੱਭੇ ਜਿਸ ਜਗ੍ਹਾ ਤੋਂ ਲੜਾਈ ਕਰਨੀ ਸੌਖੀ ਹੋਵੇ ਆਖਰ ਤੇ ਗੁਰੂ ਜੀ ਨੂੰ ਇੱਕ ਕੱਚੀ ਗੜੀ ਮਿਲਦੀ ਹੈ ਕੱਚੀ ਗੜੀ ਕੁਝ ਇਤਿਹਾਸਕਾਰ ਇੱਥੇ ਲਿਖਦੇ ਐ ਕਿ ਬੁੱਧੀ ਚੰਦ ਦੀ ਇੱਕ ਕੱਚੀ ਗੜੀ ਸੀਗੀ ਜੋ ਕਿ ਗੁਰੂ ਜੀ ਉਸ ਦਿਨਾਂ ਗੱਲ ਕਰਕੇ ਲੈ ਲੈਂਦੇ ਐ ਇਸ ਸਮੇਂ ਗੁਰੂ ਜੀ ਦੇ ਨਾਲ 40-42 ਸਿੱਖ ਐ ਜਿਨਾਰੇ ਵਿੱਚ ਪੰਜ ਪਿਆਰੇ ਨੇ ਵੱਡੇ ਸਾਹਿਬ ਜادہ ਨੇ ਤੇ ਗੜੀ ਦੇ ਵਿੱਚ ਗੁਰੂ ਜੀ ਤੇ ਸਿੱਖ ਤੇ ਪੰਜ ਪਿਆਰੇ ਤੇ ਵੱਡੇ ਸਾਹਿਬ ਜادہ ਪਹੁੰਚ ਜਾਂਦੇ ਨੇ ਰਾਤ ਹੋ ਗਈ ਹੈ 8 ਵਜੇ ਚੜ ਗਿਆ ਮੱਕੇ ਅੱਧੀ ਰਾਤ ਤੋਂ ਬਾਅਦ ਦਾ ਟਾਈਮ ਹੈ ਪਹਿਰੇ ਤੇ ਖੜੇ ਸਿੰਘਾਂ ਨੂੰ ਗੁਰੂ ਜੀ ਨੇ ਆਰਾਮ ਕਰਨ ਲਈ ਕਿਹਾ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਅੱਜ ਅਸੀਂ ਪਹਿਰਾ ਦੇਵਾਂਗੇ ਤੁਸੀਂ ਆਰਾਮ ਕਰੋਗੇ ਤਾਂ ਗੁਰੂ ਜੀ ਪੈਰਾ ਦੇ ਰਿਹਾ ਹੈ ਇਸ ਜਗ੍ਹਾ ਤੇ ਯਾਦ ਰੱਖੋ ਕਿ ਇੱਕ ਲੰਮਾ ਘੇਰਾ ਪਿਆ ਹੋਇਆ ਸੀਗਾ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਖਾਣੇ ਦੀ ਕਮੀ ਹੈ ਅਨਾਜ ਦੀ ਕਮੀ ਹੈ ਵਰਖਾ ਹੋ ਰਹੀ ਸੀ ਠੰਡ ਦੇ ਵਿੱਚ ਇੱਕ ਲੰਮਾ ਸਫ਼ਰ ਤੈਅ ਕਰਕੇ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਐ ਤੇ ਫਿਰ ਵੀ ਸਿੰਘ ਜਿਹੜੇ ਹੈਗੇ ਆ ਇੱਥੇ ਚੜ੍ਹਦੀ ਕਲਾ ਦੇ ਵਿੱਚ ਤਾਂ ਐ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਸੌਣ ਦੇ ਲਈ ਕਹਿੰਦੇ ਆ ਤੇ ਖੁਦ ਪਹਿਰਾ ਉਹ ਦਿੰਦੇ ਆ ਤਾਂ ਜਿਸ ਸਮੇਂ ਪਹਿਰਾ ਦੇ ਰਹੇ ਆ ਗੁਰੂ ਜੀ ਸਿੱਖਾਂ ਦੇ ਮੱਥੇ ਚੁੰਮਦੇ ਆ ਦਸਤਾਰ ਠੀਕ ਕਰਦੇ ਆ ਤੇ ਮਨ ਹੀ ਮਨ ਸੋਚਦੇ ਆ ਕਿ ਇਹਨਾਂ ਸਿੰਘਾਂ ਨੇ ਬੜੇ ਦਿਨਾਂ ਬਾਅਦ ਅੱਜ ਆਰਾਮ ਕਰਨ ਕੀਤਾ ਤੇ ਆਉਣ ਵਾਲੇ ਜਿਹੜਾ ਹੈਗਾ ਟਾਈਮ ਦੇ ਵਿੱਚ ਇਹਨਾਂ ਨੇ ਫਿਰ ਕੁਰਬਾਨ ਹੋਣਾ ਹੈ ਜੰਗ ਦੇ ਵਿੱਚ ਇਹਨਾਂ ਨੇ ਜੂਝਣਾ ਹੈ ਤੇ ਜੂਝਦੇ ਹੋਏ ਕੌਮ ਤੋਂ ਕੁਰਬਾਨ ਹੋ ਜਾਣਾ ਹੈ ਸਵੇਰ ਦਾ ਸਮਾਂ ਹੁੰਦਾ ਹੈ ਜੰਗ ਸ਼ੁਰੂ ਹੁੰਦੀ ਹੈ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਹੈ ਜਿਹੜੀ ਜੰਗ ਦੇ ਵਿੱਚ ਨਿਜਮ ਕਾਨੂੰਨ ਹੋਇਆ ਕਰਦੇ ਸੀਗੇ ਪਰੰਤੂ ਮੁਗਲਾਂ ਨੇ ਸਾਰੇ ਹੀ ਨਿਜਮ ਕਾਨੂੰਨ ਜਿਹੜੇ ਸ਼ਿੱਕੇ ਤੇ ਟੰਗੇ ਹੋਏ ਸੀਗੇ ਸਿੱਖਾਂ ਦੀ ਸੰਖਿਆ ਬਿਲਕੁਲ ਥੋੜੀ ਸੀਗੀ ਤੇ ਮੁਗਲਾਂ ਦੀ ਸੰਖਿਆ ਜਿਹੜੀ ਹੈ ਲੱਖਾਂ ਦੇ ਵਿੱਚ ਸੀਗੀ ਤਾਂ ਇਹ ਜਿਹੜਾ ਕੋਈ ਵੀ ਤੁਸੀਂ ਜੇਕਰ ਸੰਖਿਆ ਬਲ ਦੇ ਉੱਪਰ ਗੱਲ ਕਹੋਗੇ ਤਾਂ ਕੋਈ ਮੇਲ ਨਹੀਂ ਸੀਗਾ ਕਿ ਇਸ ਲੜਾਈ ਦੇ ਵਿੱਚ ਕੋਈ ਸੰਖਿਆ ਬਲ ਦਾ ਮੇਲ ਹੋਵੇ ਪਰੰਤੂ ਇਹ ਜਿਹੜੀ ਲੜਾਈ ਹੈ ਇਹ ਇੱਕ ਨਵਾਂ ਇਤਿਹਾਸ ਸਿਰਜ ਕੇ ਜਾਂਦੀ ਹੈ ਜਿੱਥੇ ਸਿਰਫ 40-42 ਸਿੰਘ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਗਲ ਹੈ ਤੇ ਨਾਲ ਭਾੜੀ ਰਾਜੇ ਹੈ ਉਹਨਾਂ ਦੇ ਨਾਲ ਮੱਥਾ ਲਾਉਂਦੇ ਹੈ ਤੇ ਪੂਰਾ ਦਿਨ ਪੂਰਾ ਦਿਨ ਮੁਗਲਾਂ ਨੂੰ ਜਿਹੜਾ ਹੈਗਾ ਕਿਲੇ ਤੱਕ ਪਹੁੰਚਣ ਨਹੀਂ ਦਿੰਦੇ ਤਾਂ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾਂ ਗੁਰੂ ਜੀ ਵੱਲੋਂ ਇਹ ਫਾਈਨਲ ਕੀਤਾ ਜਾਂਦਾ ਹੈ ਕਿ ਲੜਾਈ ਜਿਹੜਾ ਕਿਲੇ ਦੇ ਅੰਦਰੋਂ ਲੜੀ ਜਾਊਗੀ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਕੋਟਲਾ ਦਾ ਭਰਾ ਇਹ ਯਾਦ ਰੱਖਿਓ ਜੀ ਸ਼ੇਰ ਮੁਹੰਮਦ ਖਾਨ ਜੋ ਨਵਾਬ ਮਲੇਰ ਕੋਟਲਾ ਛੋਟੇ ਸਾਹਿਬ ਜਿਆਦਾ ਦੀ ਸ਼ਹੀਦੀ ਦੇ ਸਮੇਂ ਵੀ ਇਸ ਦਾ ਜ਼ਿਕਰ ਆਏਗਾ ਇਹਦਾ ਭਰਾ ਹੈਗਾ ਮੁਗਲ ਜਰਨੈਲ ਨਾਹਰ ਖਾਨ ਇੱਕ ਘੜੀ ਦੇ ਪਿਛਲੇ ਪਾਸਿਓਂ ਪੌੜੀ ਲਾ ਕੇ ਚੜਨ ਲੱਗਿਆ ਤਾਂ ਗੁਰੂ ਜੀ ਨੇ ਇੱਕ ਤੀਰ ਜਿਹੜਾ ਹੈਗਾ ਇਹਦੇ ਉੱਪਰ ਚਲਾਇਆ ਤੇ ਇੱਕ ਤੀਰ ਦੇ ਨਾਲ ਹੀ ਲੁੜਕਦਾ ਹੋਇਆ ਥੱਲੇ ਡਿੱਗ ਗਿਆ ਇਸੇ ਸਮੇਂ ਖਵਾਜਾ ਮਰਦੂਦ ਆਇਆ ਖਵਾਜਾ ਮਰਦੂਦ ਜਦੋਂ ਇਹ ਦੇਖਦਾ ਹੈ ਕਿ ਗੁਰੂ ਜੀ ਅੱਗੇ ਤਿਆਰ ਬਰ ਤਿਆਰ ਖੜੇ ਹੈ ਤੇ ਡਰਦਾ ਹੋਇਆ ਕੰਧ ਦੇ ਪਾਸੇ ਲੁਕ ਜਾਂਦਾ ਹੈ ਤੇ ਉੱਪਰ ਸਿਰ ਨਹੀਂ ਕਰਦਾ ਗੁਰੂ ਜੀ ਨੇ ਇਸ ਦਾ ਵਰਣਨ ਜਫਰਨਾਮੇ ਦੇ ਵਿੱਚ ਕੀਤਾ ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ ਖਵਾਜਾ ਮਰਦੂਦ ਨੇ ਆਪਣੇ ਆਪ ਨੂੰ ਕੰਧ ਦੇ ਪਾਸੇ ਪਿੱਛੇ ਲੁਕਾ ਲਿਆ ਜੇਕਰ ਉਹ ਲੜਨ ਦਾ ਫੈਸਲਾ ਕਰਦਾ ਤਾਂ ਮੈਂ ਉਸ ਨੂੰ ਵੀ ਇੱਕ ਜਿਹੜਾ ਹੈਗਾ ਤੀਰ ਬਖਸ਼ ਦੇਣਾ ਸੀ ਇਸ ਤੋਂ ਬਾਅਦ ਦੇ ਵਿੱਚ ਸਿੰਘਾਂ ਨੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੂਝਾਂ ਦਾ ਫੈਸਲਾ ਕੀਤਾ ਤਾਂ ਇਹ ਫੈਸਲਾ ਹੋਇਆ ਕਿ ਜਥਿਆਂ ਦੇ ਵਿੱਚ ਸਿੰਘ ਜਾਣਗੇ ਕਈ ਇਤਿਹਾਸਕਾਰ ਕਹਿੰਦੇ ਕਿ ਪੰਜ ਪੰਜ ਸਿੰਘਾਂ ਦੇ ਜਥੇ ਸੀ ਕੁਝ ਇਤਿਹਾਸਕਾਰ ਕਹਿੰਦੇ ਕਿ 8 8 ਸਿੰਘਾਂ ਦੇ ਜਥੇ ਸੀ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਹਾਂ ਕਿ ਮੈਂ ਕੋਈ ਸਿੱਖ ਇਤਿਹਾਸਕਾਰ ਨਹੀਂ ਹਾਂ ਤਾਂ ਇਹ ਜੋ ਗਿਣਤੀ ਹੈ ਜਾਂ ਕੋਈ ਨਾਮ ਹੈ ਉਹ ਮੇਰੇ ਵੱਲੋਂ ਗਲਤ ਹੋ ਸਕਦੇ ਤੁਸੀਂ ਇਸ ਨੂੰ ਰੈਫਰੈਂਸ ਦੇ ਲਈ ਨਹੀਂ ਵਰਤ ਸਕਦੇ ਹਜੇ ਤੱਕ ਤਾਂ ਸਿੰਘ ਜਥੇ ਬਣਾ ਕੇ ਬਾਹਰ ਜਾਂਦੇ ਆ ਬਾਰ ਜਾਂਦੇ ਹੋਏ ਇੱਕ ਇੱਕ ਸਿੰਘ ਕਈਆਂ ਮੁਗਲਾਂ ਨੂੰ ਕਈਆਂ ਦੁਸ਼ਟਾਂ ਨੂੰ ਮੌਤੇ ਘਾਟ ਉਤਾਰਦੇ ਐ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਸਿੰਘ ਜਿਹੜਾ ਹੈਗਾ ਸ਼ਹੀਦੀ ਪਾ ਜਾਂਦੇ ਐ ਤਾਂ ਜੇ ਸਮੇਂ ਸਿੰਘ ਸ਼ਹੀਦ ਹੁੰਦੇ ਐ ਉਸ ਸਮੇਂ ਗੜੀ ਤੋਂ ਜਿਹੜਾ ਹੈਗਾ ਜਿਕਾਰੇ ਬੁਲਾਈ ਜਾਂਦੀ ਐ ਤਾਂ ਮੁਠੀਪੁਰ ਸਿੰਘ ਮੁਠੀਪੁਰ ਸਿੰਘ ਜਿਹੜੇ ਹੈਗੇ ਐ ਸਾਰਾ ਦਿਨ ਮੁਗਲਾਂ ਨੂੰ ਰੋਕ ਕੇ ਰੱਖਦੇ ਐ ਗੜੀ ਦੇ ਅੰਦਰ ਨਹੀਂ ਆਉਣ ਦਿੰਦੇ ਤੁਸੀਂ ਇਹਗੇ ਸੋਚੋ ਤੇ 40 42 ਸਿੰਘ ਤੇ ਸਾਹਮਣੇ ਲੱਖਾਂ ਦੀ ਫੌਜ ਤੇ ਕੱਚੀ ਘੜੀ ਸਵੇਰ ਦੀ جنگ ਸ਼ੁਰੂ ਹੁੰਦੀ ਹੈ ਸ਼ਾਮ ਤੱਕ ਮੁਗਲ ਗੜੀ ਦੇ ਅੰਦਰ ਨਹੀਂ ਦਾਖਲ ਹੋ ਸਕਦੇ ਤਾਂ ਕਿੰਨਾ ਉਹਨਾਂ ਸਿੰਘਾਂ ਦੇ ਵਿੱਚ ਜਿਹੜਾ ਹੌਸਲਾ ਹੋਏਗਾ ਕਿੰਨੀ ਉਹ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਨਾਲ ਇਹ ਵੀ ਯਾਦ ਰੱਖ ਲਿਓ ਕਿ 6 ਮਹੀਨੇ ਦੇ ਘੇਰੇ ਚੋਂ ਨਿਕਲ ਕੇ ਆਏ ਸਿੰਘ ਹੈ ਜਿਹੜੇ ਕਿ ਭੁੱਖਣ ਪਾਣੇ ਹੈ ਜਿਹੜੇ ਕਿ ਥੱਕੇ ਹੋਏ ਇੱਕ ਲੰਮਾ ਸਫ਼ਰ ਕਰਕੇ ਆਏ ਹੈ ਫੇਰ ਵੀ ਦੁਸ਼ਮਣ ਨੂੰ ਗੜੀ ਦੇ ਨੇੜੇ ਫਟਕਣ ਨਹੀਂ ਦਿੰਦੇ ਤਾਂ ਇਸ ਤੋਂ ਬਾਅਦ ਦੇ ਵਿੱਚ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਜਾਣ ਲਈ ਤਿਆਰ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਹੁਣ ਦੇਖੋ ਜਵਾਨ ਪੁੱਤਰ ਜਿਸ ਸਮੇਂ ਘੋੜੀ ਚੜਨ ਦਾ ਟਾਈਮ ਸੀਗਾ ਜਿਸ ਟਾਈਮ ਤੇ ਮਾਪੇ ਬੱਚਿਆਂ ਦੀ ਸ਼ਾਦੀ ਕਰਦੇ ਐ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਵਾਨ ਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਜਿਹੜੇ ਕਿ ਕੇਵਲ 17 ਸਾਲ ਦੀ ਉਮਰ ਹੈ ਉਹਨਾਂ ਨੂੰ ਜੰਗ ਵਿੱਚ ਜਾਣ ਲਈ ਤਿਆਰ ਕਰਦੇ ਐ ਤੇ ਇੱਕ ਸ਼ਰੀਰ ਸਾਹ ਬਖਸ਼ਦੇ ਐ ਤਾਂ ਬਾਬਾ ਅਜੀਤ ਸਿੰਘ ਆਪਣੇ ਨਾਲ ਸਿੰਘਾਂ ਦਾ ਜਥਾ ਲੈ ਕੇ ਦਸ਼ਮਨ ਦੇ ਨਾਲ ਜਾ ਜੂਝਦੇ ਐ ਤੇ ਇਹ ਲੜਾਈ ਜਿਹੜੀ ਹੈ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਮੁਗਲਾਂ ਨੂੰ ਇਹ ਆਪਣੇ ਜੋਹਰ ਦਿਖਾਉਂਦੇ ਹੋਏ ਮੌਤ ਦੇ ਘਾਟ ਉਤਾਰਦੇ ਐ ਤੇ ਆਖਰ ਤੇ ਸ਼ਹੀਦੀ ਦਾ ਜਾਮ ਪੀ ਜਾਂਦੇ ਐ ਵੱਡੇ ਭਰਾ ਦੀ ਸ਼ਹੀਦੀ ਨੂੰ ਛੋਟੇ ਭਰਾ ਬਾਬਾ ਜੁਝਾਰ ਸਿੰਘ ਗੜੀ ਤੋਂ ਦੇਖ ਰਹੇ ਐ ਇਹ ਦੇਖ ਰਹੇ ਆ ਕਿ ਕਿਸ ਤਰੀਕੇ ਨਾਲ ਬਾਬਾ ਅਜੀਤ ਸਿੰਘ ਜੀ ਨੇ ਥੋੜੇ ਜੇ ਸਮੇਂ ਦੇ ਵਿੱਚ ਜਿਹੜਾ ਮੁਗਲਾਂ ਦੇ ਵਿੱਚ ਖਲਬਲੀ ਮਚਾ ਦਿੱਤੀ ਤੇ ਕਿਸ ਤਰੀਕੇ ਨਾਲ ਮੁਗਲਾਂ ਦੇ ਆਹੂ ਲਾਏ ਹੈ ਤਾਂ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦੀ ਕੀ ਉਮਰ ਕੇਵਲ 14 ਸਾਲ ਹੈ ਗੁਰੂ ਪਿਤਾ ਤੋਂ ਜੁੱਧ ਵਿੱਚ ਜਾਣ ਦੀ ਆਗਿਆ ਮੰਗਦੇ ਹੈ ਗੁਰੂ ਜੀ ਆਪਣੇ ਹੱਥੀਂ ਆਪਣੇ ਸਹੇਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਕਰਦੇ ਆ ਤੇ ਮੈਦਾਨੇ ਜੰਗ ਦੇ ਵਿੱਚ ਭੇਜਦੇ ਆ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਪੂਰੀ ਬਹਾਦਰੀ ਦੇ ਨਾਲ ਲੜਦੇ ਐ ਤੇ ਆਖਰ ਤੇ ਜਿਹੜੇ ਕਈ ਦੋਖੀਆਂ ਨੂੰ ਮੌਤ ਦੇ ਘਾਟ ਤਰਦੇ ਹੋਏ ਸ਼ੀਦੀ ਦਾ ਜਾਮ ਪਿੰਦੇ ਐ ਆਖਰ ਤੇ ਸ਼ਾਮ ਹੋ ਜਾਂਦੀ ਐ ਜੰਗ ਬੰਦ ਹੋ ਜਾਂਦੀ ਐ ਕਈ ਸਿੰਘ ਸੂਰਮੇ ਤੇ ਦੋਨੋਂ ਵੱਡੇ ਸਹਬਜ਼ਾਦੇ 8 ਪੋ 22 ਦਸੰਬਰ 22 ਦਸੰਬਰ 8 ਪੋ ਯਾਦ ਰੱਖ ਲਿਓ ਜੋ ਕਿ 8 ਪੋ ਦੀ ਰਾਤ 22 ਦਸੰਬਰ ਮੈਂ ਕਿ 22 ਦਸੰਬਰ ਦੀ ਜੰਗ ਦੇ ਵਿੱਚ 8 ਪੌ ਦੀ ਜੰਗ ਦੇ ਵਿੱਚ ਸ਼ਹੀਦੀ ਪਾਉਂਦੇ ਐ ਤੇ ਦੂਸਰੇ ਪਾਸੇ ਜੇਕਰ ਅਸੀਂ ਨਿਗਾਹ ਮਾਰ ਗਏ ਤਾਂ ਦੂਸਰੇ ਪਾਸੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਕੁੰਮੇ ਮਸ਼ਕੀ ਦੀ ਛੰਨ ਦੇ ਵਿੱਚ 7 ਅਤੇ 8 ਪੌ ਦੇ ਵਿੱਚ ਕੱਲ੍ਹ ਲਈ ਰਾਤ ਉਥੇ ਕੱਟਦੇ ਐ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ 8 ਪੌ ਦੀ ਰਾਤ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਗੰਗੂ ਦੇ ਨਾਲ ਕਾਈਨੌਰ ਪਿੰਡ ਦੇ ਤਲਾਬ ਦੇ ਕਿਨਾਰੇ ਤੇ ਜੰਗਲ ਦੇ ਵਿੱਚ ਇੱਕ ਝਿੜੀ ਦੇ ਥੱਲੇ ਖੁੱਲੇ ਆਸਮਾਨ ਦੇ ਥੱਲੇ ਰਾਤ কাটਦੇ ਹਨ ਠੀਕ ਹੈ ਜੀ ਤਾਂ ਇਹ ਕਹਾਣੀ ਹੈ ਜੀ ਅੱਠ ਪੌਦੀ ਵੱਡੇ ਸਾਹਿਬਜਾਦੇ ਤਿੰਨ ਪਿਆਰਿਆਂ ਸਮੇਤ 40 ਸਿੰਘ ਸ਼ਹੀਦੀ ਪ੍ਰਾਪਤ ਕਰਦੇ ਨੇ ਗੁਰੂ ਜੀ ਰਾਤ ਦੇ ਸਮੇਂ ਤਾੜੀ ਬਿਜਾ ਕੇ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਰਾਤ ਭਰ ਸਫ਼ਰ ਕਰਦੇ ਨੇ ਅਤੇ ਮਾਸ਼ੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ ਕਦਰ ਮਾਤਾ ਜੀ ਅਤੇ ਛੋਟੇ ਸਹੂਜਾ ਦੇ ਗੰਗੂ ਦੇ ਨਾਲ ਜਿਹੜਾ ਕਾਇਨੌਰ ਪਿੰਡ ਦੇ ਵਿੱਚ ਤਲਾਬ ਦੇ ਕਿਨਾਰੇ ਜੰਗਲ ਦੇ ਵਿੱਚ ਝਿੜੀ ਦੇ ਥੱਲੇ ਜਿਹੜਾ ਹੈਗਾ ਖੁੱਲੇ ਆਸਮਾਨ ਦੇ ਵਿੱਚ ਰਾਤ ਕੱਟਦੇ ਨੇ ਤਾਂ ਇਸ ਤੋਂ ਅੱਗੇ ਦਾ ਇਤਿਹਾਸ ਆਪਾਂ ਅਗਲੀਆਂ ਵੀਡੀਓ 'ਚ ਸਰਵਣ ਕਰਾਂਗੇ ਤਾਂ ਇਸ ਸਮੇਂ ਕੁਝ ਜਗ੍ਹਾ ਦੇ ਨਾਮ ਜਾਂ ਕੁਝ ਗਲਤੀਆਂ ਹੋਈਆਂ ਹੋਣ ਤਾਂ ਉਹ ਮਾਫ਼ਸ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ